ਦਾ ਖਿਆਲ ਰੱਖਿਓ। ਜਿਹੜਾ ਨਾ ਜਿਹੜਾ ਰਾਹ ਆ ਜਿੱਥੇ ਆਪਾਂ ਤੁਰਿਓ ਆ, ਇਹਦੇ ਵਿਚ ਸਭ ਤੋਂ ਪਹਿਲਾਂ ਬਹੁਤ ਸਾਰੇ ਗਿਆਨਵਾਨ ਹੋਏ ਆ, ਸਾਰੇ ਸਰੋਤੇ ਖਿਆਲ ਰੱਖਿਓ ਇਸ ਗੱਲ ਦਾ, ਜਿਨ੍ਹਾਂ ਵਿਚ ਧੁੰਦੇ ਹੋਣੀ ਪੰਥ ਪ੍ਰੀਤ ਹੋਣੀ ਇੰਨਾ ਕੁ ਗਿਆਨ ਆ, ਉਹ ਅੰਬਾਰ ਲੱਗੇ ਪਏ ਆ। ਜਾਣੀ ਪ੍ਰੋਫੈਸਰ ਦਰਸ਼ਨ ਸਿੰਘ ਦੀ ਗੱਲ ਕਰੀਏ, ਜਿੰਨੇ ਵੀ ਬੰਦੇ ਹੈਗੇ ਆ ਸਾਰਿਆਂ ਨੂੰ, ਤੇ ਜਿਹੜੇ ਉਨ੍ਹਾਂ ਦੇ ਪਿੱਛੇ ਪ੍ਰਭਦੀਪ ਹੋਣੀ ਆ, ਗੋਲਡੀ ਬਲਰਾਜ ਹੋਣੀ ਆ, ਉਹ ਸਾਰੇ ਬੰਦੇ ਪੁਰਾਣੇ ਆ, ਦਸ ਦਸ ਪੰਦਰਾਂ ਪੰਦਰਾਂ ਸਾਲ ਉਨ੍ਹਾਂ ਨੂੰ ਕੰਮ ਕਰਦਿਆਂ ਨੂੰ ਹੋ ਗਏ, ਬੜੇ ਵਧੀਆ ਸਬੰਧ ਸੀਗੇ ਸਾਡੇ ਉਨ੍ਹਾਂ ਦੇ ਨਾਲ। ਉਨ੍ਹਾਂ ਨੇ ਕੁਛ ਵੀ ਇਦਾਂ ਦਾ ਨਹੀਂ ਹੈਗਾ ਵੀ ਜਿਹੜਾ ਸਾਡਾ ਨਿੱਜੀ ਤੌਰ ਤੇ ਖੋਲਿਆ ਹੋਵੇ, ਕੁਛ ਵੀ ਇਦਾਂ ਦਾ ਨਹੀਂ ਹੈਗਾ। ਜਿਹੜੇ ਬੰਦੇ ਹੁਣ ਆਪਣੇ ਆਪ ਨੂੰ ਅਪਗ੍ਰੇਡ ਕਹਿੰਦੇ, ਜਿਹੜੇ ਕਹਿੰਦੇ ਅਸੀਂ ਰੇਡੀਓ ਸੁਣਨ ਲੱਗੇ ਆ, ਜਿਹੜੇ ਕਹਿੰਦੇ ਆ ਵੀ ਅਸੀਂ ਅੱਗੇ ਕੁਛ ਕਰਨਾ ਚਾਹੁੰਦੇ ਹਾਂ, ਉਨ੍ਹਾਂ ਦੇ ਕੋਲ ਕੁਛ ਵੀ ਐਸਾ ਨਹੀਂ ਹੈਗਾ ਜਿਹੜਾ ਉਨੀ ਸਾਨੂੰ ਬਹੁਤ ਜ਼ਿਆਦਾ ਦਿੱਤਾ ਹੋਵੇ, ਜਿਹਦੇ ਚ ਅਸੀਂ ਇਹ ਕਹੀਏ ਵੀ ਜਿਹੜੇ ਪਹਿਲੇ ਬੰਦੇ ਸੀ ਉਹ ਸਭ ਤੋਂ ਖੋਹਦੇ ਸੀ, ਇਹ ਬੰਦੇ ਸਾਨੂੰ ਦਿੰਦੇ ਆ। ਇਸ ਕਰਕੇ ਸਾਡੇ ਇਨ੍ਹਾਂ ਨਾਲ ਬੜੇ ਗੂੜੇ ਸੰਬੰਧ ਆ। ਜਿਹੜਾ ਰਿਸ਼ਤਾ ਹੈ ਨਾ ਸਾਡਾ ਤੁਹਾਡਾ, ਰੇਡੀਓ ਸੁਣਨੇ ਵਾਲਿਆਂ ਦਾ ਤਾਂ ਸਾਡਾ, ਉਹ ਸਿਰਫ ਗਿਆਨ ਦਾ ਆ, ਵਿਚਾਰਾਂ ਦਾ ਆ। ਉਹਦੇ ਚ ਇੱਕ ਗੱਲ ਦਾ ਖਿਆਲ ਰੱਖਿਓ ਸਾਰੇ ਜਣੇ ਵੀ ਜਿਹੜੇ ਪਹਿਲਾਂ ਗਿਆਨਵਾਨ ਸੀਗੇ, ਜਿਹੜੀਆਂ ਗਲਤੀਆਂ ਕਰਕੇ ਉਹ ਡਿੱਗੇ ਆ, ਜਿਹੜੇ ਪੁਆਇੰਟ ਤੋਂ ਜਿਹੜੇ ਮੋੜ ਤੋਂ ਜਾ ਕੇ ਜਿੱਥੇ ਤੱਕ ਉਹ ਉੱਤੇ ਨੂੰ ਚੜਦੇ ਗਏ, ਜਿਹੜੇ ਪੁਆਇੰਟ ਤੇ ਜਾ ਕੇ ਉਹ ਤਿਲਕੇ ਆ, ਜੇ ਤੁਸੀਂ ਉਸ ਰਾਹ ਤੇ ਜਾਓਗੇ ਤੇ ਤੁਹਾਡੇ ਵੀ ਤਿਲਕਣ ਦੀ ਗਰਕਣ ਦੀ ਉਨੀ ਹੀ ਸੰਭਾਵਨਾ ਆ। ਇੱਕ ਚੀਜ਼ ਦਾ ਖਿਆਲ ਰੱਖਿਓ, ਮੈਨੂੰ 15 ਸਾਲ ਹੋ ਗਏ ਇਸ ਚੀਜ਼ ਦਾ ਐਕਸਪੀਰੀਅੰਸ ਕਰਦੇ ਨੂੰ ਕਿ ਪੰਜਾਬੀਆਂ ਦੇ ਵਿੱਚ ਜਿੰਨੇ ਵੀ ਗਿਆਨਵਾਨ ਆ, ਜਿੰਨੀਆਂ ਜਥੇਬੰਦੀਆਂ, ਚਾਹੇ ਉਹ ਸਪੋਕਸਮੈਨ ਵਾਲਾ ਗਰੁੱਪ ਸੀਗਾ, ਚਾਹੇ ਕਾਲੇ ਫਕਾਨੇ ਘੱਗੇ ਹੋਣੀ, ਜੀਣ ਵਾਲੇ ਹੋਣੀ, ਇਹ ਸਿੰਘ ਸਭਾ ਕੈਨੇਡਾ ਵਾਲੇ ਜਿਹੜੇ ਆ, ਗੁਰਮੁਖ ਗਿਆਨ ਮਿਸ਼ਰੀ ਕਾਲਜ ਵਾਲੇ, ਪ੍ਰੋਫੈਸਰ ਦਰਸ਼ਨ ਸਿੰਘ ਦਾ ਗਰੁੱਪ, ਇਹ ਸਰਬਜੀਤ ਸੈਕਰਾਮੈਂਟੋ, ਇਹ ਸਾਰੇ ਬੰਦੇ ਜਿਹੜੇ ਇਧਰੋਂ ਮਿਸ਼ਨਰੀ ਖਿਆਲਾਂ ਦੇ ਆ, ਜਿਹੜੇ ਸੈਮੀਨਾਰ ਕਰਨ ਵਾਲੇ ਆ, ਜਿੰਨੇ ਵੀ ਆ, ਠੀਕ ਆ, ਇਹ ਕਾਨਪੁਰੀ ਹੋਣੀ ਆ, ਉਹ ਸਾਰਿਆਂ ਦੇ ਵਿੱਚ ਜਿਹੜਾ ਟੀਮ ਦਾ ਕੰਸੈਪਟ ਆ ਨਾ, ਉਹਦੀ ਬਹੁਤ ਵੱਡੀ ਘਾਟ ਆ। ਕਿਉਂਕਿ ਹਰੇਕ ਬੰਦਾ ਗਿਆਨ ਲੈ ਕੇ ਇਹ ਚਾਹੁੰਦਾ ਆ ਵੀ ਜਿਹੜੀ ਗੱਲ ਮੈਨੂੰ ਪਤਾ ਆ ਉਹ ਗੱਲ ਜਲਦੀ ਤੋਂ ਜਲਦੀ ਮੇਰੇ ਰਾਹੀਂ ਸਾਰਿਆਂ ਨੂੰ ਪਤਾ ਲੱਗੇ। ਟੀਮ ਦਾ ਮਤਲਬ ਇਹ ਹੁੰਦਾ ਆ ਵੀ ਜਿੱਦਾਂ ਇੱਕ ਸਰੀਰ ਆ, ਸਰੀਰ ਦੇ ਸਾਰੇ ਅੰਗ ਇੱਕ ਟੀਮ ਦਾ ਹਿੱਸਾ ਆ, ਉਹਦੇ ਵਿੱਚ ਇੱਕ ਲੀਡਰ ਆ ਬ੍ਰੇਨ, ਜਿਹੜਾ ਅੰਗ ਉਹ ਬ੍ਰੇਨ ਦੇ ਕਹਿਣੇ ਚ ਨਹੀਂ, ਜਿਹੜਾ ਅੰਗ ਬ੍ਰੇਨ ਦੇ ਕਹਿਣ ਤੋਂ ਪਹਿਲਾਂ ਜਾ ਰਿਹਾ। ਮੰਨ ਲਓ ਕਰੋਸਿੰਗ ਤੇ ਖੜੇ ਆ, ਇੱਕ ਪਾਸਿਓਂ ਟ੍ਰੇਨ ਆ ਰਹੀ ਆ, ਸਾਹਮਣੇ ਲਾਈਟਾਂ ਆ, ਲਾਈਟਾਂ ਲਾਲ ਹੋ ਗਈਆਂ, ਹੁਣ ਅੱਖਾਂ ਕਹਿੰਦੀਆਂ ਬ੍ਰੇਨ ਨੂੰ ਪੇ ਲਾਈਟਾਂ ਲਾਲ ਹੋ ਗਈਆਂ, ਕੰਨ ਕਹਿੰਦੇ ਆ ਬ੍ਰੇਨ ਨੂੰ ਪੇ ਇਧਰੋਂ ਟ੍ਰੇਨ ਆ ਰਹੀ ਆ, ਸਾਇਰਨ ਵੱਜ ਰਿਹਾ ਆ, ਬ੍ਰੇਨ ਕਹਿੰਦਾ ਲੱਤਾਂ ਨੂੰ ਪੇ ਖੜੀਆਂ ਹੋ ਜਾਓ, ਤੁਸੀਂ ਰੁਕ ਜਾਓ, ਅਜੇ ਨਾ ਜਾਇਓ। ਜੇ ਲੱਤਾਂ ਉਸ ਵੇਲੇ ਕਾਹਲੀ ਦੇ ਨਾਲ ਨਿਕਲਣ ਉੱਥੋਂ, ਤੇ ਇਹਦਾ ਮਤਲਬ ਉਸ ਸਰੀਰ ਦਾ, ਉਸ ਬ੍ਰੇਨ ਦਾ, ਉਸ ਬੰਦੇ ਦਾ ਇਲਾਜ ਹੋਣਾ ਆ, ਉਹਨੂੰ ਭੇਜਣਾ ਪੈਣਾ ਵੀ ਦੇਖੋ ਕੋਈ ਫਰਕ ਲੱਗਦਾ ਆ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਟ੍ਰੇਨ ਦੇ ਮੂਹਰੇ ਜਾ ਕੁੱਦਿਆ, ਫਿਰ ਆਮ ਕਰਕੇ ਨੀਮ ਪਾਗਲ ਕੋਈ ਨਾ ਕੋਈ ਉਹ ਚ ਕਮਜ਼ੋਰੀ ਨਿਕਲਦੀ ਆ। ਜਾਣੀ ਅਸੀਂ ਵੀ ਕਿਤੇ ਇਦਾਂ ਨਾ ਹੋਈਏ। ਜਿਹੜਾ ਬੰਦਾ ਦੇਖੋ ਇਹਦੇ ਬਾਰੇ ਲੱਖਾਂ ਇਲਜ਼ਾਮ ਲੱਗ ਸਕਦੇ ਆ, ਸਾਡੇ ਨਿਊਜ਼ੀਲੈਂਡ ਵਾਲੇ ਕਹਿੰਦੇ ਵੀ ਦੇਖੋ ਜੀ ਜਦੋਂ ਕਾਰ ਦੀ ਐਗਜ਼ਾਮਪਲ ਦਿੰਦੇ ਆ ਆਪਣੇ ਆਪ ਨੂੰ ਡਰਾਈਵਰ ਬਣਾ ਲੈਂਦੇ ਆ, ਜਦੋਂ ਸਰੀਰ ਦੀ ਦਿੰਦੇ ਆਪਣੇ ਆਪ ਨੂੰ ਬ੍ਰੇਨ ਬਣਾ ਲੈਂਦੇ, ਬਿਲਕੁਲ ਇਦਾਂ ਹੀ ਬਣਨਾ ਆ। ਜਿਸ ਬੰਦੇ ਨੇ ਨਾਲ ਤੁਰਨਾ ਆ, ਜੇ ਉਹਨੂੰ ਕਹਿਣੇ ਚ ਤੁਰਨ ਦੀ ਮਗਰ ਤੁਰਨੇ ਦੀ ਉਹਦੇ ਅੰਦਰ ਹਿੰਮਤ ਹੈਗੀ ਆ ਤਾਂ ਆ ਜਾਏ, ਨਹੀਂ ਤਾਂ ਆਪਣੀ ਵੱਖਰੀ ਜਥੇਬੰਦੀ ਆਪਣੇ ਨਾਂ ਥੱਲੇ ਕੰਮ ਕਰੇ ਉਹ। ਮੈਂ ਕਹਿੰਦਾ ਸਾਡੀ ਕੌਮ ਦੇ ਅੰਦਰ 10,000 ਰੇਡੀਓ ਚੱਲਦੇ ਹੋਣ, 5-10,000 ਢੱਡਰੀਆਂ ਵਾਲੇ ਹੋਣ, 15-20,000 ਕਾਲਜ ਚੱਲਦੇ ਹੋਣ, ਜਾਣੀ ਲੱਖਾਂ ਦੀ ਗਿਣਤੀ ਚ ਸੰਸਥਾਵਾਂ ਹੋਣ, ਚਾਹੇ 2 ਮੈਂਬਰਾਂ ਦੀਆਂ, 4 ਮੈਂਬਰਾਂ ਦੀਆਂ, 10 ਮੈਂਬਰਾਂ ਦੀਆਂ, 15 ਮੈਂਬਰਾਂ ਦੀਆਂ, ਆਪਣੇ ਆਪਣੇ ਤੌਰ ਤੇ ਕੰਮ ਕਰਦੇ ਹੋਣ, ਆਪੋ ਆਪਣੇ ਟੀਚੇ ਹੋਣ ਉਹਨਾਂ ਦੇ, ਆਪੋ ਆਪਣੇ ਫੈਸਲੇ ਲੈਂਦੇ ਹੋਣ, ਇਦਾਂ ਦਾ ਕੰਮ 10-15-20-50 ਸਾਲ ਆਪਾਂ ਕਰੀਏ, ਕਰਕੇ ਫਿਰ ਕੋਈ ਬੰਦਾ ਆਵੇ, ਫਿਰ ਉਹ ਕੋਆਰਡੀਨੇਟ ਕਰੇ ਸਾਰਿਆਂ ਦੇ ਨਾਲ, ਫਿਰ ਉਹ ਆ ਕੇ ਕਹੇ ਵੀ ਦੇਖੋ ਇਹ ਜਿਹੜੇ ਜਿਹੜਾ 10,000 ਗਰੁੱਪ ਆ ਨਾ, ਇਹਦੇ ਵਿੱਚੋਂ 100 ਕੁ ਗਰੁੱਪ ਹੈਗਾ ਆ ਜਿਹੜਾ ਰੱਬ ਦੇ ਗੁਰੂ ਦੇ ਕੰਸੈਪਟ ਨੂੰ ਚੰਗੀ ਤਰ੍ਹਾਂ ਸਮਝਦਾ ਆ, ਇਹਨਾਂ ਨੂੰ ਇਕੱਠੇ ਕਰਕੇ ਆਪਾਂ ਇੱਕ ਸੰਸਥਾ ਬਣਾਈਏ, ਇੱਕ ਟੀਮ ਬਣਾਈਏ, ਇੱਕ ਗਰੁੱਪ ਬਣਾਈਏ, ਵੀ ਇਹ 'ਚ ਕੰਮ ਵੰਡੀਏ ਆਪਾਂ, ਫਿਰ ਉਹ ਹੋ ਸਕਦਾ ਆ। ਨਹੀਂ ਤਾਂ ਪੰਜਾਬੀਆਂ ਦੀ ਪ੍ਰੋਬਲਮ ਇਹ ਆ ਵੀ ਜਾਣੀ ਬਹੁਤ ਸਾਰੇ ਬੰਦੇ ਜਿਹੜੇ ਰੇਡੀਓ ਸੁਣਦੇ ਆ, ਮੈਂ ਜਾਣਦਾ, ਉਹ ਆਉਂਦੇ ਆ 10-15 ਦਿਨ ਰੇਡੀਓ ਸੁਣਦੇ ਆ, ਆ ਕੇ ਉਹ ਸਟਰੈਟਜੀ ਬਣਾਉਣ ਲੱਗ ਪੈਂਦੇ, ਪਲੈਨਿੰਗ ਕਰਨ ਲੱਗ ਪੈਂਦੇ ਆ, ਆ ਕੇ ਉਹ ਇਹ ਚਾਹੁੰਦੇ ਆ ਵੀ ਕਿਉਂਕਿ ਮੈਂ ਰੇਡੀਓ ਸੁਣ ਰਿਹਾ ਆ, ਢੱਡਰੀਆਂ ਵਾਲਿਆਂ ਨਾਲ ਵੀ ਹੁੰਦੀ ਆ, ਬੰਦੇ ਕਲਿੱਪ ਸੁਣਦੇ ਆ, 2-3-2-4 ਸ਼ੇਅਰ ਕਰਦੇ ਆ, ਮੁੜ ਕੇ ਉਹ ਆਪਣੀ ਇੱਜ਼ਤ ਤੇ ਬੇਇੱਜ਼ਤੀ ਨੂੰ ਇਹਨਾਂ ਦੇ ਕੰਮਾਂ ਨਾਲ ਜੋੜ ਲੈਂਦੇ ਆ। ਜੇ ਮੰਨ ਲਓ ਢੱਡਰੀਆਂ ਵਾਲਿਆਂ ਦਾ ਕਿਤੇ
ਪ੍ਰੋਗਰਾਮ ਆ ਤੇ ਉਹਦੇ ਪੋਸਟਰ ਸ਼ੇਅਰ ਕਰਕੇ ਸਾਰੇ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਆਓ ਤੇ ਤੁਸੀਂ ਸਾਰੇ ਉਹਦਾ ਸਾਥ ਦਿਓ। ਫਿਰ ਆਪਣੇ ਆਪ ਨੂੰ ਉਹ ਕਹਿੰਦੇ ਵੀ ਦੇਖੋ ਮੈਂ ਸਾਥ ਦੇ ਰਿਹਾ ਉਹਦਾ, ਮੈਂ ਉਹਦਾ ਪੋਸਟਰ ਸ਼ੇਅਰ ਕੀਤਾ, ਮੈਂ ਉਹਦੀ ਵੀਡੀਓ ਸ਼ੇਅਰ ਕੀਤੀ ਆ। ਫਿਰ ਅੱਗੇ ਜਾ ਕੇ ਜੇ ਢੱਡਰੀਆਂ ਵਾਲਿਆਂ ਨੇ ਕਿਤੇ ਫੈਸਲਾ ਲੈ ਲਿਆ ਆਪਣਾ ਚੋਹਲਾ ਸਾਹਿਬ ਦਾ ਜਾਂ ਅੰਮ੍ਰਿਤਸਰ ਦਾ ਦੀਵਾਨ ਕੈਂਸਲ ਕਰਨ ਦਾ, ਤੇ ਉਹ ਬੰਦੇ ਅਪਸੈਟ ਹੋ ਜਾਂਦੇ, ਕਹਿੰਦੇ ਸਾਡੀ ਬੇਇੱਜ਼ਤੀ ਹੋ ਗਈ, ਸਾਡਾ ਤਾਂ ਸਾਰਾ ਸੱਤਿਆਨਾਸ਼ ਕਰਾ ਦਿੱਤਾ, ਆਹ ਗੱਲ ਥੋੜੋ ਹੋਈ ਕੋਈ, ਅਸੀਂ ਤਾਂ ਕੁੱਟ ਦੇਣਾ ਸੀ ਉਹਨਾਂ ਨੂੰ, ਅਸੀਂ ਤਾਂ ਹਥਿਆਰ ਲੈ ਕੇ ਬੈਠੇ ਸੀ, ਉਹਨਾਂ ਦੀ ਕੀ ਜ਼ੋਰ ਤੇ ਆ ਜਿਹੜੇ ਬੰਦੇ ਰੋਕਣਾ ਇਸੇ ਜਾਣਦੇ ਉਹਨਾਂ ਨੂੰ ਨਿੱਜੀ ਤੌਰ ਤੇ। ਹੁਣ ਉੱਥੇ ਹਮੇਸ਼ਾ ਇਹੀ ਅਸੀਂ ਰਿਐਕਟ ਕਰੀਦਾ ਵੀ ਦੇਖੋ ਜਿਹੜਾ ਕਾਰਜ ਢੱਡਰੀਆਂ ਵਾਲਿਆਂ ਦਾ ਹੈ ਨਾ, ਤੁਸੀਂ ਉਹਨਾਂ ਦਾ ਪੋਸਟਰ ਸ਼ੇਅਰ ਕੀਤਾ, ਤੁਸੀਂ ਉਹਨਾਂ ਦੀ ਵੀਡੀਓ ਸ਼ੇਅਰ ਕੀਤੀ ਆ, ਹੁਣ ਤੁਸੀਂ ਇਹ ਕਿਉਂ ਸਮਝਦੇ ਵੀ ਤੁਸੀਂ ਉਹਨਾਂ ਨੂੰ ਦੱਸੋਗੇ ਜਾ ਕੇ ਹੁਣ ਇੱਦਾਂ ਨਹੀਂ ਇੱਦਾਂ ਕਰ। ਤੁਸੀਂ ਸ਼ੇਅਰ ਕਰ ਲਿਆ ਸੀ, ਹੋ ਗਿਆ ਠੀਕ ਆ, ਜਿੱਦਣ ਉਹਨੇ ਕੈਂਸਲ ਕੀਤਾ, ਜੇ ਤੁਸੀਂ ਉਹਨਾਂ ਦੇ ਫਾਲੋਅਰ ਆ, ਉਹਨਾਂ ਨੂੰ ਚਾਹੁੰਦੇ ਆ ਫਾਲੋ ਕਰਨਾ, ਉਹਨਾਂ ਦੀ ਸਪੋਰਟ ਕਰ ਰਹੇ ਆ, ਫਿਰ ਜਿੱਦਾਂ ਪਹਿਲਾਂ ਦੀਵਾਨ ਹੁਣ ਵਾਲਾ ਪੋਸਟਰ ਸ਼ੇਅਰ ਕੀਤਾ ਸੀ, ਉਦਾਂ ਹੀ ਦੀਵਾਨ ਕੈਂਸਲ ਹੋਣੇ ਵਾਲਾ ਪੋਸਟਰ ਸ਼ੇਅਰ ਕਰ ਦਿਓ ਬਸ। ਜੇ ਇੱਦਾਂ ਨਹੀਂ ਕਰਨੀ ਫਿਰ ਤੁਸੀਂ ਆਪਣਾ ਕੰਮ ਕਰੋ, ਜਾ ਕੇ ਆਪਣੇ ਨਾਂ ਥੱਲੇ ਕੋਈ ਕੰਮ ਕਰੋ, ਚਾਹੇ ਉਹ ਕਿਸੇ ਵੀ ਗਰੁੱਪ ਦੇ ਨਾਲ ਕਰਦੇ ਆ, ਅਸੀਂ ਨਹੀਂ ਚਾਹੁੰਦੇ ਬਾਕੀਆਂ ਦੇ ਨਾਲ ਤੁਹਾਡਾ ਚੱਲ ਸਕਦਾ, ਰੇਡੀਓ ਦੇ ਨਾਲ ਇੱਦਾਂ ਨਾ ਕਰੋ ਮਿਹਰਬਾਨੀ ਕਰਕੇ, ਨਹੀਂ ਤਾਂ ਕੋਈ ਸਾਨੂੰ ਕੋਈ ਨਾ ਸਾਨੂੰ ਅਸੀਂ ਕਿਸੇ ਦੇ ਸੋਹਣੇ ਕਰਕੇ ਕਦਰ ਕਰਦੇ ਹਾਂ, ਨਾ ਕਿਸੇ ਚੰਗਾ ਬੋਲਣ ਕਰਕੇ ਸਾਡੇ ਸੰਬੰਧ ਆ ਉਹਦੇ ਨਾਲ ਜੁੜਿਓ, ਨਾ ਕਿਸੇ ਤੋਂ ਪੈਸੇ ਦੇ ਲਾਲਚ ਨੂੰ ਅਸੀਂ ਸੰਬੰਧ ਜੋੜ ਕੇ ਬੈਠੇ ਹਾਂ, ਨਾ ਕਿਸੇ ਅਜੇ ਤਾਈਂ ਜਿੰਨੇ ਬੰਦੇ ਆ ਤੁਸੀਂ ਹੈਰਾਨ ਹੋ ਜਾਣਾ ਜਿਵੇਂ ਬੰਦਿਆਂ ਦਾ ਨਾਂ ਲੈਦੇ ਆ, ਜਿਹੜੇ ਸਿਆਣੇ ਬੰਦੇ ਆ ਨਾ ਆਪਣੀ ਇੰਨੀ ਹੈਸੀਅਤ ਰੱਖਦੇ ਆ, ਉਹਨੇ ਕਦੇ ਹਦਾਇਤ ਨਹੀਂ ਕੀਤੀ ਸਾਨੂੰ, ਉਹਨਾਂ ਨੂੰ ਪਤਾ ਹੈ ਨਾ ਗੱਲਾਂ ਦਾ, ਤੇ ਸਾਰਿਆਂ ਨੂੰ ਬੇਨਤੀ ਆ ਭਾਈ ਜੇ ਟੀਮ ਦੇ ਕੰਸੈਪਟ ਨੂੰ ਸਮਝਦੇ ਆ ਤੇ ਨਾਲ ਚੱਲਿਓ, ਨਹੀਂ ਤਾਂ ਆਪੋ ਆਪਣਾ ਕੰਮ ਕਰੋ ਜਾ ਕੇ। ਉਹ ਗਰੁੱਪ ਦੇ ਵਿੱਚ ਸਭ ਸ਼ੁਭ ਹੈ, ਗਰੁੱਪ ਦੇ ਵਿੱਚ ਜਿੰਨੇ ਜਣੇ ਹੈਗੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਮੈਸੇਜ ਕਰ ਦਿਓ, ਨਹੀਂ ਤਾਂ ਮੈਨੂੰ ਆਪਣੇ ਆਪ ਨਾ ਬਾਹਰ ਕੱਢਣੇ ਵੈਣ ਫਿਰ ਨਾ ਕਿਹੋ। ਜਿਨ੍ਹਾਂ ਨੂੰ ਲੱਗਦਾ ਵੀ ਉਹ ਆਪਣੀ ਹੈਸੀਅਤ ਬਣਾ ਕੇ ਬੈਠੇ ਆ, ਜਿਨ੍ਹਾਂ ਨੂੰ ਲੱਗਦਾ ਵੀ ਉਹ ਆਪਣੇ ਬਲਬੂਤੇ ਨਾਲ ਕੁਛ ਕਰਨਾ ਚਾਹੁੰਦੇ ਆ, ਜਿਨ੍ਹਾਂ ਨੂੰ ਲੱਗਦਾ ਵੀ ਸਾਡੇ ਕੋਲ ਪਲੈਨਿੰਗ ਹੈਗੀ ਆ ਕੰਮ ਕਰਨ ਦੀ, ਉਹ ਸਾਨੂੰ ਨਾ ਦੱਸਿਓ ਆ ਕੇ, ਸਾਡੀ ਪਲੈਨ ਬਦਲਣ ਦੀ ਕੋਸ਼ਿਸ਼ ਨਾ ਕਰੋ, ਉਹ ਆਪਣੇ ਨਾਂ ਹੇਠ ਆਪਣਾ ਕੰਮ ਕਰਨਾ ਸ਼ੁਰੂ ਕਰੋ, ਆਪਣੀ ਪਲੈਨਿੰਗ ਨੂੰ ਲਾਗੂ ਕਰਕੇ ਦਿਖਾਓ, ਕਰਕੇ ਉਹਦਾ ਸਿੱਟਾ ਕੱਢੋ, ਉਹਦੇ ਰਿਜ਼ਲਟ ਕੱਢੋ, ਫਿਰ ਆਪਾਂ ਗੱਲ ਕਰਾਂਗੇ। ਕੋਈ ਕਿਸੇ ਨਾਲ ਵਿਰੋਧ ਨਹੀਂ ਹੈਗਾ ਸਾਡਾ, ਚੰਗੇ ਬੰਦੇ ਚੰਗੇ ਵਲੰਟੀਅਰ ਤੁਸੀਂ ਕੰਪਨੀ ਦੇ ਵਿੱਚ ਦੇਖ ਲਿਓ, ਕਿਤੇ ਦਫ਼ਤਰਾਂ ਵਿੱਚ ਦੇਖ ਲਿਓ, ਜਿਹੜੇ ਕੰਮ ਕਰਨ ਵਾਲੇ ਬੰਦੇ ਉਹਨਾਂ ਨੂੰ ਕੋਈ ਨਹੀਂ ਛੱਡਦਾ, ਘਰ ਆ ਪਰਿਵਾਰ ਆ ਉਹਦੇ ਵਿੱਚ ਜਦੋਂ ਵਿਆਹ ਹੋ ਕੇ ਕੁੜੀ ਆਉਂਦੀ ਆ ਵਹੁਟੀ ਆਉਂਦੀ ਆ, ਜੇ 6 ਭਰਾ 7 ਭਰਾ ਵੱਡਾ ਟੱਬਰ ਜਿੱਡਾ ਮਰਜ਼ੀ ਵੱਡਾ ਹੋਵੇ, ਜਿਹੜੀ ਕੰਮ ਕਰਨ ਵਾਲੀ ਵਹੁਟੀ ਆ ਉਹ ਸਾਰਿਆਂ ਨੂੰ ਚੰਗੀ ਲੱਗਣ ਲੱਗ ਪੈਂਦੀ ਆ, ਸਾਰਿਆਂ ਦੀ ਪਸੰਦ ਬਣ ਜਾਂਦੀ ਆ। ਤੁਸੀਂ ਕਿਤੇ ਕੰਮ ਕਰਦੇ ਗਰੁੱਪ ਦੇ ਵਿੱਚ ਕੋਈ ਨਵਾਂ ਬੰਦਾ ਆਉਂਦਾ, ਆ ਕੇ ਜਦੋਂ ਵਧੀਆ ਵਲੰਟੀਅਰ ਹੁੰਦਾ, ਸਾਰੇ ਉਹਨੂੰ ਪਸੰਦ ਕਰਨ ਲੱਗ ਪੈਂਦੇ, ਕੋਈ ਨਹੀਂ ਛੱਡਣਾ ਚਾਹੁੰਦਾ ਉਹਨੂੰ। ਇਸ ਕਰਕੇ ਜੇ ਤੁਹਾਡੇ ਅੰਦਰ ਵੀ ਸ਼ਮਤਾ ਹੋਈ ਕੰਮ ਕਰਨ ਦੀ, ਗਰੰਟੀ ਆ, ਔਰ ਮੈਂ ਇਹ ਵੀ ਦੱਸ ਦਿੰਦਾ ਜਿਹੜੀ ਤੁਹਾਡੇ ਅੰਦਰ ਸ਼ਮਤਾ ਹੈਗੀ, ਤੁਹਾਨੂੰ ਕਿਸੇ ਰੇਡੀਓ ਦੇ ਆਸਰੇ ਦੀ ਕਿਸੇ ਬੰਦੇ ਦੀ ਲੋੜ ਨਹੀਂ ਹੈਗੀ, ਤੁਸੀਂ ਆਪਣੇ ਆਪੇ ਚਮਕ ਜਾਣਾ। ਬੇਸ਼ੱਕ ਤੁਸੀਂ ਹਫ਼ਤੇ 1 ਵਾਰੀ 5 ਮਿੰਟ 3 ਮਿੰਟ 4 ਮਿੰਟ ਆਪਣਾ ਫੋਨ ਆਨ ਕਰਕੇ ਲਾਈਵ ਹੋ ਕੇ ਫੇਸਬੁੱਕ ਤੇ 4 ਗੱਲਾਂ ਕਹਿ ਦਿਆ ਕਰੋ, ਜਾਂ ਦੂਜੇ ਤੀਜੇ ਦਿਨ ਇੱਕ ਪੋਸਟ ਪਾ ਦਿਆ ਕਰੋ 2-4 ਅੱਖਰ ਲਿਖ ਕੇ। ਪਰ ਪੰਗਾ ਉਦੋਂ ਪੈਂਦਾ ਜਦੋਂ ਤੁਸੀਂ ਢੱਡਰੀਆਂ ਵਾਲਿਆਂ ਦੀ ਕਹੀ ਹੋਈ ਗੱਲ ਨੂੰ, ਜਾਂ ਰੇਡੀਓ ਵਿਰਸਾ ਦੀ ਕਹੀ ਹੋਈ ਗੱਲ ਨੂੰ, ਜਾਂ ਹੋਰ ਕਿਸੇ ਦੀ ਕਹੀ ਹੋਈ ਗੱਲ ਨੂੰ ਤੋੜ ਮਰੋੜ ਕੇ ਆਪਣੇ ਨਾਂ ਥੱਲੇ ਉਹਦੇ ਚ ਥੋੜਾ ਜਿਹਾ ਐਡ ਕਰਕੇ ਉਹਨੂੰ ਵੱਡੀ ਬਣਾ ਕੇ ਪੇਸ਼ ਕਰਦੇ ਆ ਲੋਕਾਂ ਦੇ ਮੂਹਰੇ, ਜਿਹਦੇ ਚ ਕਰਨ ਦੇ ਲਈ ਪ੍ਰੈਕਟੀਕਲਿਟੀ ਲਈ ਤੁਹਾਡੇ ਕੋਈ ਪਲਾਨ ਨਹੀਂ ਹੁੰਦੀ, ਤੁਸੀਂ ਫਿਰ ਅਗਲੇ ਦੀ ਪਲਾਨ ਦਾ ਸੱਤਿਆਨਾਸ਼ ਮਾਰ ਰਹੇ ਹੁੰਦੇ ਆ। ਜਿਹੜੀ ਸਾਨੂੰ ਇੱਥੋਂ ਦੱਸ ਦਿਓ ਵੀ ਅਸੀਂ ਕਿੰਨੀ ਵਾਰੀ ਢੱਡਰੀਆਂ ਵਾਲਿਆਂ ਦੀ ਕਹੀ ਹੋਈ ਗੱਲ ਤੋਂ ਉਹਨਾਂ ਨੂੰ ਨਾਲ ਲੈ ਕੇ ਉਹ ਤੋਂ ਗਾਹਾਂ ਦੀਆਂ ਗੱਲਾਂ ਕਹਿਤੀਆਂ ਮੂਹਰੇ ਮੂਹਰੇ। ਸਾਨੂੰ ਇਹ ਜਿਹੜੀ ਗੱਲ ਚੰਗੀ ਲੱਗੀ ਅਸੀਂ ਸ਼ੇਅਰ ਕਰ ਦੇ ਦੀ ਆ, ਸਾਨੂੰ ਇਹ ਲੱਗਦਾ ਹੁੰਦਾ ਵੀ ਜੇ ਉਹਨਾਂ ਨੇ ਇਹ ਗੱਲ ਕਹੀ ਆ ਇਹਨੂੰ ਕਿੱਦਾਂ ਐਕਸਪੈਂਡ ਕਰਨਾ, ਇਹ ਉਹਨਾਂ ਦਾ ਕੰਮ ਆ, ਜਿੰਨੀ ਹੋ ਗਈ ਆ ਉਹਨੂੰ ਅਸੀਂ ਡਿਸਕਸ ਕਰ ਲਈਦਾ। ਦੂਜੀ ਗੱਲ, ਹਾਲਾਂਕਿ ਸਾਨੂੰ ਆਪਣੇ ਆਪ ਦੇ ਵਿੱਚ ਇੱਥੇ ਅਸੀਂ ਕੇਸ ਨਜਿੱਠ ਰਹੇ ਹਾਂ, ਬੰਦਿਆਂ ਨਾਲ ਝਗੜੇ ਜਿਹੜੇ ਆ ਉਹ ਆਪ ਅਸੀਂ ਕਰ ਰਹੇ ਹਾਂ, ਨਜਿੱਠ ਰਹੇ ਹਾਂ, ਉਹਦੇ ਜਵਾਬ ਦੇ ਰਹੇ ਹਾਂ, ਹਨਾ, ਵਕੀਲਾਂ ਦੇ ਖਰਚੇ ਭਰ ਰਹੇ ਹਾਂ, ਅਸੀਂ ਰੇਡੀਓ ਤੇ ਬੋਲਣ ਦੀ ਅਸੀਂ ਜ਼ਿੰਮੇਵਾਰੀ ਉਠਾ ਰਹੇ ਹਾਂ, ਰਿਸਕ ਲੈ ਰਹੇ ਹਾਂ ਇਸ ਗੱਲ ਦਾ, ਹਨਾ, ਉਹਦੇ ਬਾਵਜੂਦ ਵੀ ਅਸੀਂ ਸਾਨੂੰ ਨਹੀਂ ਕਦੇ ਲੱਗਾ ਇੱਦਾਂ, ਤੇ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਆ ਜੇ ਤੁਸੀਂ ਕਹਿੰਦੇ ਆ ਨਾ ਤੁਸੀਂ ਸਾਹ ਦਿੰਦੇ ਆ, ਜਿਹੜਾ ਵੀ ਬੰਦਾ ਇਹ ਕਹਿੰਦਾ ਵੀ ਮੈਨੂੰ ਰੇਡੀਓ ਸੁਣਨਾ ਚੰਗਾ ਲੱਗਦਾ, ਮੈਂ ਰੇਡੀਓ ਵਾਲਿਆਂ ਦਾ ਸਾਹ ਦਿੰਦਾ ਆ, ਉਹਨੂੰ ਬੇਨਤੀ ਆ ਜਿੰਨੀ ਗੱਲ ਅਸੀਂ ਕਹੀ ਹੁੰਦੀ ਆ ਉਹ ਤੋਂ ਗਾਹਾਂ ਦੀ ਗੱਲ ਨਾ ਕਰਿਆ ਕਰੋ, ਉਹ ਤੋਂ ਤੁਸੀਂ ਗਾਹਾਂ ਦੀ ਗੱਲ ਕਰਕੇ ਦੂਜੇ ਗਰੁੱਪਾਂ ਵਿੱਚ ਜਾ ਕੇ ਗੱਲਾਂ ਕਹਿ ਕੇ ਗਾਲਾਂ ਫਿਰ ਮੈਨੂੰ ਪਾਉਂਦੇ ਆ, ਅਗਲਾ ਮਾਂ ਭੈਣ ਹਰੇਕ ਦੀ ਕਰਦਾ। ਇੱਥੇ ਹੁਣ ਵੀ ਮੇਰੇ ਕੋਲ
ਇੱਥੇ ਵਟਸਐਪ ਦੇ ਉੱਤੇ ਗਰੁੱਪ ਆਪਣੇ ਆ ਹੁਣ ਆ ਲਓ ਜੀ 440 ਨੋਟੀਫਿਕੇਸ਼ਨਾਂ ਇੰਜਣ ਮਹਿਕਮਾ ਜਿਹੜਾ ਇੰਜਣ ਮਹਿਕਮੇ ਵਾਲਿਆਂ ਨੇ ਜਿਹੜੀ ਫੋਟੋ ਆ ਉਹ ਸਵੇਰੇ ਮੇਰੀ ਲਾਈ ਹੋਈ ਸੀ ਇਕੱਲੇ ਦੀ ਅੱਜ ਤੇ ਹੁਣ ਅਪਗ੍ਰੇਡ ਮਹਿਕਮਾ ਕਹਿ ਕੇ ਸਾਡੀ ਬਲਜਿੰਦਰ ਹੁਣਾਂ ਦੀ ਤਿੰਨਾਂ ਦੀ ਲਾਈ ਹੋ ਠੀਕ ਹੈ ਜੀ ਸਵੇਰੇ 3700 ਕੁਛ ਨੋਟੀਫਿਕੇਸ਼ਨਾਂ ਸੀ ਠੀਕ ਹੈ ਜੀ ਉਹਦੇ ਵਿੱਚ ਜਿਵੇਂ ਆਡੀਓ ਸੁਣਾ ਦਿਆਂ ਤੁਹਾਨੂੰ ਤੁਹਾਤੋਂ ਸੁਣਨੀਆਂ ਹੋਣੀਆਂ ਜਾਣੀ ਜੇ ਮੈਂ ਤੁਹਾਨੂੰ ਕਹਾਂ ਨਾ ਵੀ ਆਪਣੇ ਘਰਦਿਆਂ ਨੂੰ ਬਿਠਾ ਕੇ ਸੁਣ ਲਓ ਵੀ ਜਾਣੀ ਮਾਂ ਭੈਣ ਦੀਆਂ ਇੰਨੀਆਂ ਕੁ ਗੰਦੀਆਂ ਗਾਲਾਂ ਠੀਕ ਠੀਕ ਹੈ ਆਹ ਆ ਲਓ ਵੀ ਨੇਕੀ ਤੇਰੀ ਭੈਣ ਦੀ ਨੇਕੀ ਤੇਰੀ ਮਾਂ ਦੀ ਠੀਕ ਹੈ ਉਹ ਕਰਕੇ ਖੜਿਆ 10,000 ਵਾਰੀ ਲਿਖੀਆਂ ਗਾਲਾਂ ਉਹ ਰਾਈਟ ਠੀਕ ਹੈ ਹੁਣ ਅਸੀਂ ਉਹ ਸਾਰੇ ਰਿਸਕ ਲੈ ਰਹੇ ਹਾਂ ਆਪਣੇ ਆਪ ਦੇ ਉੱਤੇ ਠੀਕ ਹੈ ਪਰ ਇਹਦੇ ਲਈ ਮਿਹਰਬਾਨੀ ਕਰਕੇ ਇੱਦਾਂ ਨਾ ਤੁਸੀਂ ਕਰੋ ਭਈ ਉਹ ਗੱਲਾਂ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਤੋੜ ਮਰੋੜ ਕੇ ਰੱਖ ਕੇ ਉਹਨਾਂ ਬੰਦਿਆਂ ਨੂੰ ਖਿਜਾਉਣ ਦੇ ਲਈ ਉਹਨਾਂ ਦੇ ਮੂਹਰੇ ਜਾ ਕੇ ਵਾਰ ਵਾਰ ਕਹਿ ਕੇ ਮੁੜ ਕੇ ਉਹ ਜਾਣੀ ਪਵੇ ਸਾਡੇ ਗੱਲ ਠੀਕ ਹੈ ਤੇ ਉਹ ਤੋਂ ਬਾਅਦ ਤੁਸੀਂ ਫਿਰ ਇਹ ਕਹਿਣਾ ਵੀ ਅਸੀਂ ਸਾਥ ਦਿੰਦੇ ਹਾਂ ਜਾਣੀ ਮਤਲਬ ਕੀ ਸਾਥ ਕੀ ਦਿੰਦੇ ਹਾਂ ਤੁਸੀਂ ਅਸੀਂ ਇੱਥੋਂ ਗੱਲ ਕਹੀ ਜੇ ਤੁਸੀਂ ਸਾਥ ਦਿੰਦੇ ਹਾਂ ਇੱਕ ਕੰਮ ਕਰੋ ਜਿਹੜੀਆਂ ਗੱਲਾਂ ਇੱਥੋਂ ਹੁੰਦੀਆਂ ਮੰਨ ਲਓ ਰੇਡੀਓ ਦੀ ਰਿਕਾਰਡਿੰਗ ਆਉਂਦੀ ਆ ਤੇ ਉਹਦੇ ਵਿੱਚ ਅਸੀਂ ਇੱਥੇ ਗੱਲ ਕਹਿ ਦਿੱਤੀ ਆ ਠੀਕ ਆ ਕਲਿੱਪ ਆ ਗਿਆ ਬਣ ਕੇ ਉਹਨੂੰ ਆਪਣੀ ਵਾਲ ਤੇ ਸ਼ੇਅਰ ਕਰ ਦਿਓ ਤੁਹਾਨੂੰ ਠੀਕ ਲੱਗੀ ਤਾਂ ਠੀਕ ਆ ਉਹ ਤੁਹਾਡੀ ਵਾਲ ਤੇ ਸ਼ੇਅਰ ਹੋ ਗਿਆ ਉਹਦੇ ਉੱਤੇ ਡਿਸਕਸ਼ਨ ਹੋ ਰਹੀ ਜਿਹੜਾ ਬੰਦਾ ਆ ਕੇ ਸਾਨੂੰ ਕੁਝ ਗਲਤ ਕਹਿਣ ਲੱਗਦਾ ਉਹਨੂੰ ਬਲੌਕ ਮਾਰ ਦਿਓ ਠੀਕ ਉਹਦੇ ਜਵਾਬ ਦੇ ਦਿਓ ਹੁਣ ਜਦੋਂ ਤੁਸੀਂ ਇਹ ਹਰਾਮਖੋਰੀ ਕਰਦੇ ਆ ਵੀ ਸਾਡਾ ਕਲਿੱਪ ਚੱਕ ਕੇ ਪਾ ਕੇ ਤੇ ਆਪ ਸੌਂ ਜਾਂਦੇ ਆ ਜਾ ਕੇ ਤੁਹਾਡੀ ਬਾਲ ਦੇ ਉੱਤੇ ਅਗਲਾ ਮਾਂ ਭੈਣ ਮੇਰੀ ਕਰਨ ਲੱਗਾ ਹੁੰਦਾ ਫਿਰ ਤੁਸੀਂ ਦੂਜੇ ਦਿਨ ਮੈਨੂੰ ਕਹਿੰਦੇ ਵੀ ਭਾਜੀ ਬਹੁਤ ਵਧੀਆ ਲੱਗਦਾ ਪਿਆ ਅਸੀਂ ਸਾਥ ਬਹੁਤ ਦਿੰਦੇ ਤੁਹਾਡਾ ਮੇਰਾ ਜੀ ਕਰਦਾ ਵੀ ਛਿੱਤਰ ਫੜ ਮੈਂ ਗਿੱਚੀ ਦੇ ਬਾਲ ਇੱਕ ਨਾ ਛੱਡਾਂ ਮੈਂ ਤੁਹਾਡੇ ਵੀ ਤੁਹਾਡੇ ਸਾਥ ਨੂੰ ਅਸੀਂ ਕੀ ਕਰਨਾ ਫੂਕਣਾ ਤੁਹਾਡੇ ਕੋਲ ਇੰਨੀ ਵੀ ਪਲੈਨਿੰਗ ਹੈ ਨੀ ਇੰਨੀ ਵੀ ਸਟ੍ਰੈਟਜੀ ਹੈ ਨੀ ਵੀ ਗੱਲ ਉੱਥੇ ਕਰੋ ਜਿੱਥੇ ਗੱਲ ਗਾਹਾਂ ਨੂੰ ਤੁਰਦੀ ਹੋਵੇ ਜਿੱਥੇ ਇੱਕ ਗੱਲ ਕਹਿ ਕੇ 15 ਗਾਲਾਂ ਪਾਉਣੀਆਂ ਸਾਨੂੰ ਉੱਥੇ ਤੁਹਾਡੇ ਅਰਥ ਕੀ ਰਹਿ ਗਏ ਜਿਸ ਗਰੁੱਪ ਦੇ ਵਿੱਚ ਤੁਹਾਡਾ ਹੋਲਡ ਕੋਈ ਨੀ ਉੱਥੇ ਜਾ ਕੇ ਰਿਕਾਰਡਿੰਗ ਕਿਉਂ ਪਾਉਣੀ ਸਾਡੀ ਤੁਸੀਂ ਸਾਨੂੰ ਕੀ ਦਵਾਉਣਾ ਚਾਹੁੰਦੇ ਉਹਦੇ ਨਾਲ ਨਾਮ ਮਿਲ ਜਾਣਾ ਸਾਨੂੰ ਤੁਸੀਂ ਤੁਹਾਨੂੰ ਅਸੀਂ ਕਿਹਾ ਸੀ ਵੀ ਤੁਸੀਂ ਮੀਡੀਆ ਜਿਹੜੇ ਸਲਾਹਕਾਰ ਆ ਸਾਡੇ ਤੁਹਾਨੂੰ ਕਿਸੇ ਨੇ ਅਥਾਰਟੀ ਦਿੱਤੀ ਆ ਵੀ 15 ਗਰੁੱਪਾਂ ਜਾ ਕੇ ਸ਼ੇਅਰ ਕਰੋ ਨਹੀਂ ਚਾਹੁੰਦੇ ਅਸੀਂ ਕਿਤੇ ਵੀ ਕਰਨੀ ਮੈਨੂੰ ਤੁਸੀਂ ਮੇਰੀ ਫੇਸਬੁੱਕ ਜਾ ਕੇ ਨੋਟ ਕਰਕੇ ਦੱਸਿਓ ਵੀ ਕਿੰਨੀਆਂ ਪੋਸਟਾਂ ਕਿੰਨੀਆਂ ਬੰਦਿਆਂ ਨੂੰ ਮੈਂ ਟੈਗ ਕੀਤੀਆਂ ਕਦੇ ਮੈਨੂੰ ਜਾਣਦੇ ਨੀ ਬੰਦੇ ਸਾਡੇ ਰੇਡੀਓ ਵਾਲੇ ਕਿੰਨੇ ਬੰਦੇ ਜਾਣਦੇ ਆ ਕਿੰਨੀਆਂ ਪੋਸਟਾਂ ਮੈਂ ਕਿਸੇ ਨੂੰ ਟੈਗ ਕਰਦਾ ਕੋਈ ਉਦਾਂ ਦੀ ਗੱਲ ਹੁੰਦੀ ਹੈ ਜਿਹੜੀ ਛੇਤੀ ਪਹੁੰਚਾਉਣੀ ਚਾਹੁੰਦਾ ਹੁੰਦਾ ਉਹ ਟੈਗ ਕਰਕੇ ਉਹ ਵੀ ਘੰਟੇ ਦੋ ਘੰਟਿਆਂ ਦੇ ਵਿੱਚ ਜਿੱਥੇ ਮੈਂ ਦੇਖਦਾ ਵੀ ਇਹ ਬੰਦੇ ਨੂੰ ਮੰਨ ਲਓ 30 ਜਣੇ ਨੂੰ ਟੈਗ ਕਰਤੀਆਂ ਆ ਉਹਨਾਂ ਚੋਂ ਜਿਹੜੇ ਉਹਨਾਂ ਦੇ ਫਰੈਂਡ ਆ ਉਹ ਆ ਕੇ ਕਮੈਂਟ ਕਰਨ ਲੱਗ ਪੈਂਦੇ ਆ ਜਦੋਂ ਇੱਕ ਅੱਧਾ ਬੰਦਾ ਕੋਲ ਟੈਗ ਕਮੈਂਟ ਕਰਦਾ ਆ ਚੱਕ ਕੇ ਮੈਂ ਉਸੇ ਵੇਲੇ ਅਨਟੈਗ ਕਰ ਦੇਣਾ ਸਾਰਿਆਂ ਨੂੰ ਠੀਕ ਹੈ ਜਾਂ ਪਤਾ ਉਸ ਪਤਾ ਲੱਗ ਜਾਂਦਾ ਵੀ ਹੁਣ ਪਤਾ ਲੱਗ ਗਿਆ ਉਹਨਾਂ ਨੂੰ ਜਿਹਨੂੰ ਟੈਗ ਕੀਤੀ ਸੀ ਉਹਨੇ ਦੇਖ ਲਿਆ ਨੋਟ ਕਰ ਲਿਆ ਉਹਨੇ ਠੀਕ ਹੈ ਉਸੇ ਵੇਲੇ ਚੱਕ ਕੇ ਅਨਟੈਗ ਕਰ ਦਈਦੇ ਆ ਰਾਈਟ ਠੀਕ ਹੈ ਇਸ ਕਰਕੇ ਜਾਣੀ ਬੇਨਤੀ ਆ ਸਾਰਿਆਂ ਨੂੰ ਇਹਨੂੰ ਬੇਨਤੀ ਨਾ ਲਿਓ ਇਹ ਜਾਣੀ ਕੋਈ ਇਦਾਂ ਦੇ ਸ਼ਬਦ ਨਹੀਂ ਹੈਗੇ ਬੜੀ ਸਖਤੀ ਵਾਲੇ ਸ਼ਬਦ ਆ ਇਹ ਸਖਤ ਹਦਾਇਤ ਆ ਇਹ ਨਹੀਂ ਤਾਂ ਮੇਰਾ ਤਾਂ ਇੱਕ ਦਿਨ ਮਨ ਕਰਿਆ ਸੀ ਵੀ ਮੈਂ ਆਪਣੇ ਫੇਸਬੁੱਕ ਤੋਂ ਕੋਈ ਬੰਦਾ ਫਰੈਂਡ ਨਹੀਂ ਰੱਖਣਾ ਸਾਰੇ ਅਨਫਰੈਂਡ ਕਰ ਦੇਣੀ ਪੋਸਟਾਂ ਪਬਲਿਕ ਕਰ ਦਿਆ ਕਰਨੀਆਂ ਬੰਦੇ ਕੋਈ ਨੇੜੇ ਨਹੀਂ ਰੱਖਣਾ ਆਪਾਂ ਰੇਡੀਓ ਦੇ ਨਾਲ ਅਸੀਂ ਰਿਕਾਰਡਿੰਗ ਭੇਜਣੀ ਵੀ ਬੰਦ ਕਰ ਦੇਣੀ ਹੈ ਜਾਣੀ ਮੈਨੂੰ ਨਹੀਂ ਲੱਗਦਾ ਵੀ ਇਹਦੇ ਚੋਂ ਕੁਛ ਅਸੀਂ ਪ੍ਰਾਪਤ ਕਰਦੇ ਹਾਂ ਨਹੀਂ ਨਹੀਂ ਠੀਕ ਹੈ ਕੋਈ